ਸ੍ਰੀ ਅਕਾਲ ਪਿਆਰੇ ਦਰਸ਼ਕ ਵੀਰੋ, ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜਿਹੜਾ ਅਸੀਂ ਫੋਰਡ 36 ਸ਼ੋਅ ਤਿਆਰ ਕਰ ਰਹੇ ਸੀਗੇ। ਅਤੇ ਇਹਦੇ ਵਿੱਚ ਆਪਾਂ ਨਵੇਂ ਤਰੀਕੇ ਦਾ ਜਿਹੜਾ ਨਵੇਂ ਮਾਡਲ ਦਾ ਹਿੱਸਾ ਲਾ ਚੁੱਕੇ ਸੀਗੇ ਪਹਿਲਾਂ ਵੀ, ਹੈ ਨਾ। ਅਤੇ ਇਹਨੂੰ ਜਿਹੜੀ ਮਤਲਬ ਜੈਕ ਦੁਆਰਾ ਜਿਹੜੀ ਪ੍ਰੈਸ਼ਰ ਕਰਨਾ ਸੀਗਾ, ਆਇਲ ਦਾ ਜਿਹੜਾ ਫਲੋ ਸੀਗਾ, ਪੰਪ ਲਾਇਆ ਗਿਆ, ਹੈ ਨਾ। ਅਤੇ ਉਸ ਤੋਂ ਬਾਅਦ 'ਚੋਂ ਇਹਦੀ ਜਿਹੜੀ ਸਾਰੀ ਆ ਆਰਮੀ ਡਰੋਲ ਦੇ ਨਾਲ ਆਪਾਂ ਇੱਥੋਂ ਜੁਆਇੰਟ ਕਰਾ ਦਿੱਤਾ ਗਿਆ। ਸਟੇਅਰਿੰਗ ਵਧੀਆ ਕੰਮ ਕਰਦਾ ਵਾ। ਅਤੇ ਜਿਹੜੀਆਂ ਇਹਦੇ ਪਿਛਲੀਆਂ ਬ੍ਰੇਕਾਂ ਅਤੇ ਉਹ ਆਪਾਂ ਲਾ ਦਿੱਤੀਆਂ ਨੇ 60 ਵਾਲੀਆਂ। ਸਾਰਾ ਕੰਮ ਜਿਹੜਾ ਅੰਦਰ ਇਹਦਾ ਸੀਗਾ, ਪਿਨੀਅਨ ਥੋੜ੍ਹਾ ਜਿਹਾ ਦਾਗੀ ਸੀਗਾ, ਪੀਟੀਓ ਸ਼ਾਫਟ ਸੀ ਉਹ ਚੇਂਜ ਕਰਨ ਵਾਲੀ ਸੀ, ਉਹ ਵੀ ਚੇਂਜ ਕਰ ਚੁੱਕੇ ਹਾਂ। ਅਤੇ ਜਿਹੜੇ ਆ ਪਾਵਰ ਸਟੇਅਰਿੰਗ ਦੀ ਟੈਂਕੀ ਆ, ਜਿਹੜੀ ਆਇਲ ਦੀ ਜਿੱਥੋਂ ਸਪਲਾਈ ਚੱਲਦੀ ਆ, ਇਹ ਆਪਾਂ ਪੂਰੀ ਵਧੀਆ ਤਰੀਕੇ ਨਾਲ ਸੈੱਟ ਕਰਤੀ ਆ। ਇਹਦੀ ਜਿਹੜੀ ਭੱਠੀ ਸੀਗੀ ਉਹ ਗਾਂਹ ਕਰਨ ਵਾਲੀ ਸੀ, ਉਹ ਵੀ ਆਪਾਂ ਨਵੀਂ ਲਾ ਦਿੱਤੀ ਆ, ਅੱਗੇ ਕਰ ਦਿੱਤੀ ਆ, ਹੈ ਨਾ। ਜਿਹੜੀਆਂ ਹੋਰ ਚੀਜ਼ਾਂ ਨੇ ਜਿਵੇਂ ਪੱਖਾ ਚੇਂਜ ਕਰਨ ਵਾਲਾ ਸੀ, ਪੱਖਾ ਪਲਾਸਟਿਕ ਦਾ ਸੀਗਾ ਉਹ ਨਵਾਂ ਲਾ ਦਿੱਤਾ, ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਅਸੀਂ ਕਰ ਦਿੱਤੀਆਂ ਨੇ। ਹੁਣ ਇਹਦੇ ਵਿੱਚ ਆਪਾਂ ਇੱਕ ਰੇਡੀਏਟਰ ਲਾਉਣ ਵਾਲਾ ਰਹਿ ਗਿਆ, ਇੱਕ ਲਾਉਣ ਵਾਲਾ ਰਹਿ ਗਿਆ ਆਪਣਾ ਅਲਟੀਨੇਟਰ। ਇਹ ਦੋਨੇ ਚੀਜ਼ਾਂ ਲਾ ਕੇ ਉਸ ਤੋਂ ਬਾਅਦ 'ਚ ਇਹ ਆਲਮੋਸਟ ਰੈਡੀ ਆ, ਅਤੇ ਫਿਰ ਆਪਾਂ ਲੈ ਕੇ ਚੱਲਦੇ ਹਾਂ ਇਹਨੂੰ ਆਪਾਂ ਖੇਤ ਵਿੱਚ ਫਿਰ ਵਾਹ ਕੇ ਦੇਖਾਂਗੇ, ਹੈ ਨਾ। ਜਿਵੇਂ ਵੀ ਕੋਸ਼ਿਸ਼ ਇਹਦੀ ਜਿਹੜੀ ਕਰਨੀ ਆ, ਤਸੱਲੀ ਬਖਸ਼ ਪੂਰੀ, ਹੈ ਨਾ। ਅਤੇ ਇਹਨੂੰ ਦੇਖਾਂਗੇ, ਫਿਰ ਦੇਖਦੇ ਹਾਂ ਵੀ ਇਹ ਕਿਵੇਂ ਕੰਮ ਕਰਦਾ ਕਿਵੇਂ ਨਹੀਂ, ਹੈ ਨਾ। ਇੰਜਣ ਦੀ ਇਹਦੀ ਪਾਵਰ ਕਿੰਨੀ ਨਿਕਲ ਰਹੀ ਆ, ਸੋ ਬਾਅਦ 'ਚ ਦਿਖਾਉਂਦੇ ਹਾਂ ਤੁਹਾਨੂੰ ਉਹ ਵੀਡੀਓ ਵਿੱਚ ਵੀ, ਉਹ ਆਪਾਂ ਐਡ ਕਰਾਂਗੇ ਨਾਲ ਵੀਡੀਓ। ਅਤੇ ਜਿਹੜਾ ਇਸ ਤੋਂ ਬਾਅਦ 'ਚੋਂ ਇਹਦਾ ਕੰਮ ਹੋਊਗਾ ਜਿਹੜਾ ਵਾ ਪੇਂਟ ਦਾ ਜੋਬ ਦਾ, ਹੈ ਨਾ। ਅਤੇ ਜਿਹੜੀ ਸ਼ੋਅ ਇਹਦੀ ਡੈਂਟ ਕਰਨੀ ਆ, ਉਹ ਆਪਾਂ ਅਗਲੀਆਂ ਕਲਿੱਪਾਂ ਦੇ ਵਿੱਚ ਤੁਹਾਨੂੰ ਪਾਰਟ ਦੇ ਵਿੱਚ ਦਿਖਾਵਾਂਗੇ। ਅੱਜ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਜਿਹੜਾ ਵਾਹ ਕੇ ਦੇਖਣ ਦਾ ਕੰਮ ਆ, ਅਤੇ ਬਾਕੀ ਤੁਸੀਂ ਸਾਡਾ ਸਾਥ ਦਿਓ। ਧੰਨਵਾਦ ਜੀ। ਜਿਵੇਂ ਕਿ ਤੁਸੀਂ ਕੱਲ੍ਹ ਦੇਖਿਆ ਵੀ ਆਪਾਂ ਵੀਡੀਓ ਬਣਾਈ ਸੀਗੀ ਵੀ ਇਹਦੇ 'ਚ ਟਿਊਬਾਂ ਲਾਤੀਆਂ, ਚੱਕੇ ਲਾਤੇ ਆ, ਹੈ ਨਾ, ਪਾਲੇ ਨੇ। ਅਤੇ ਅੱਜ ਲੈਂਕਾਂ ਨੂੰ ਕੱਲ੍ਹ ਆ ਰਹੇ ਆ, ਤੇਲ ਚੇਂਜ ਕੀਤਾ ਸਾਰਾ ਇਹਦਾ, ਜਿਹੜਾ ਮਤਲਬ ਗੇਅਰ ਦਾ ਆਇਲ ਸੀਗਾ 15 ਲੀਟਰ, ਉਹ ਚੇਂਜ ਕੀਤਾ, ਹੁਣੀ ਉਹ ਗੇਅਰ ਜਿਹੜਾ ਟਾਪਾ ਲਾ ਕੇ ਹਟਿਆ। ਅਤੇ ਬਾਕੀ ਇਹਦੇ ਵਿੱਚ ਹੁਣ ਮਗਲੈਲ 20-40 ਵਾਲਾ ਪਾਉਣ ਲੱਗਿਆ ਬਾਈ ਜੀ ਹੁਣੀ। ਅਤੇ ਇਹ ਵੀਰ ਜੀ ਇੱਥੋਂ ਹੀ ਪਿੰਡ ਤੋਂ ਹੀ ਪਾਲੇ ਕੋਲ ਕੰਮ ਕਰਾਉਣ ਆਏ ਸੀਗੇ, ਅਤੇ ਇਹਨਾਂ ਨੂੰ ਹੀ ਆਪਾਂ ਗਾਂਹ ਖੇਤ 'ਚ ਲੈ ਕੇ ਜਾਣਾ ਵਾ ਵੀ ਵਾਹ ਕੇ ਦੇਖਣਗੇ, ਇਹਨਾਂ ਤੋਂ ਫੀਡਬੈਕ ਲਵਾਂਗੇ ਵੀ ਕਿਵੇਂ ਚੱਲ ਰਿਹਾ ਟਰੈਕਟਰ, ਹੈ ਨਾ। ਅਤੇ ਉਹ ਸਾਰਾ ਇਹ ਦੱਸਣਗੇ ਵੀ ਕੀ ਕੋਈ ਘਾਟ ਤਾਂ ਨਹੀਂ ਗਈ, ਕੋਈ ਪ੍ਰੋਬਲਮ ਹੋਈ ਤਾਂ ਇਹ ਦੱਸਣਗੇ। ਬਾਕੀ ਜਿਹੜਾ ਤੇਲ ਤੂਲ ਚੇਂਜ ਕਰਤਾ, ਰੇਡੀਏਟਰ ਲਾਤਾ ਵਾ, ਹੁਣ ਆਪਣੀ ਤਿਆਰੀ ਆ ਪੂਰੀ, ਦੇਖਦੇ ਹਾਂ ਆਪਾਂ ਖੇਤ 'ਚ ਜਾ ਕੇ ਵੀਡੀਓ ਬਣਾਉਂਦੇ ਹਾਂ ਅਤੇ ਤੁਹਾਨੂੰ ਫੀਡਬੈਕ ਦਿੰਦੇ ਹਾਂ ਵੀ ਕਿਵੇਂ ਚੱਲ ਰਿਹਾ ਕੰਮ। ਜਿਹੜੀਆਂ ਲੰਮੀਆਂ ਲੈਂਕਾਂ ਉਹ ਰੂਟਾਵੇਟਰ 'ਤੇ ਕਾਮਯਾਬ ਆ, ਅਤੇ ਛੋਟੀਆਂ ਹੋਣ ਦੱਬ ਕੇ। ਹਾਂਜੀ, ਹੁਣ ਆਪਾਂ ਆ ਚੁੱਕੇ ਹਾਂ ਖੇਤ ਵਿੱਚ, ਅਤੇ ਬਾਈ ਜੀ ਬਾਹਰ ਰਹੇ ਨੇ ਅਤੇ ਦੇਖ ਰਹੇ ਹਾਂ ਵੀ ਕਿਵੇਂ ਉਹਨਾਂ ਦਾ ਕੀ ਰਿਸਪੋਂਸ ਆ। ਬਾਕੀ ਉਹਨਾਂ ਨੂੰ ਹੋਰ ਵੀ ਅਸੀਂ ਕਹਿ ਕੇ ਦੇਖਦੇ ਹਾਂ ਵੀ ਥੱਲੇ ਲਾਓ ਔਰ ਜਿੰਨਾ ਲਾ ਸਕਦੇ ਹੋ, ਹੈ ਨਾ। ਹਲਾਂ ਨੂੰ 11 ਹਲ ਪਾਏ ਹੋਏ ਨੇ ਅਤੇ ਵੀ ਦੇਖਦੇ ਹਾਂ ਵੀ ਇਹਦਾ ਕੀ ਰਿਜ਼ਲਟ ਨਿਕਲਦਾ। ਬਾਕੀ ਬਾਈ ਹੋਣਾ ਤੋਂ ਪੁੱਛਾਂਗੇ ਵੀ ਕਿਵੇਂ ਚੱਲਦਾ ਵਾ ਟਰੈਕਟਰ। ਦੇਖੋ ਤੁਸੀਂ ਵੀਡੀਓ ਵੀ ਕਿਵੇਂ ਚੱਲ ਰਿਹਾ ਟਰੈਕਟਰ, ਤੁਸੀਂ ਆਵਾਜ਼ ਸੁਣੋ ਉਹਦੀ ਵੀ ਸਹੀ ਚੱਲ ਰਿਹਾ ਜਾਂ ਕਿਵੇਂ। ਤੁਸੀਂ ਵੀ ਸਾਨੂੰ ਫੀਡਬੈਕ ਜ਼ਰੂਰ ਦਿਓ ਸਾਡੀ ਵੀਡੀਓ ਦੇਖ ਕੇ ਵੀ ਸਹੀ ਬਣਿਆ ਟਰੈਕਟਰ, ਆਵਾਜ਼ ਸਹੀ ਆ ਉਹਦੀ।
ਹਾਂਜੀ ਹੁਣ ਆਪਾਂ ਬਾਈ ਜੀ ਉਹਨਾਂ ਤੋਂ ਪੁੱਛਦੇ ਹਾਂ ਵੀ ਇਹਨਾਂ ਨੂੰ ਕਿਵੇਂ ਲੱਗਿਆ ਟਰੈਕਟਰ ਤੇ ਬਾਈ ਜੀ ਕਿਵੇਂ ਲੱਗਿਆ ਟਰੈਕਟਰ ਤੋਂ ਹੀ ਬਾਈ ਦੇਖਿਆ ਕਾਹਨੂੰ ਗੱਲਾਂ ਕਰਦਾ ਤੇ ਗੱਡੀ ਵੀ ਨਹੀਂ ਬਾਈ ਰੀਸ ਕਰਦੀ ਮੈਂ ਨਾ ਸੁੱਕੀ ਪਲੀ ਆ ਪੱਟੀ ਜਾਂਦਾ ਆਪ ਹੀ ਤੁਸੀਂ ਦੇਖਿਆ ਹੀ ਆ ਹਾਂਜੀ ਮੈਂ ਮਈ ਬਹੁੰਦਾ ਸੀ ਹੁਣ ਦੂਜੇ ਖੱਤੇ ਲਾਇਆ ਵੀ ਉਦੋਂ ਵੀ ਜ਼ਿਆਦਾ ਕਰੜਾ ਮਤਲਬ ਸੁੱਕਾ ਜਿਹਨੂੰ ਪਾਣੀ ਨਹੀਂ ਲੱਗਾ ਜਮਾਂ ਕਣਕ ਨੂੰ ਤੇ ਆਹ ਦੇਖ ਲਓ ਮਿਸਰੀ ਵਰਗੀ ਬਣਾਈ ਤੁਰਿਆ ਆਉਂਦਾ ਕੀ ਲੋੜ ਆ ਯਾਰ 20-30 ਲੱਖ ਲਾਉਣ ਦੀ ਆਹ ਟਰੈਕਟਰ ਯਾਰ ਤਿਆਰ ਕਰਾਓ ਪਾਲੇ ਬਾਈ ਤੋਂ ਕਿਆ ਨੰਬਰ ਬਣਨਾ ਯਾਰ ਕਿਆ ਬਾਤ ਆ ਯਾਰ ਜਾਣੀ ਯਾਰ ਜੀ ਗੱਡੀ ਚਲਾ ਲਾ ਵਾ ਉਹੀ ਗੱਲ ਜੀ ਵਰਗਾ ਤੁਸੀਂ ਸੁਣਿਆ ਜਾਣੀ ਬਾਈ ਜੀ ਦਾ ਫੀਡਬੈਕ ਵੀ ਉਹਨਾਂ ਨੂੰ ਬਹੁਤ ਵਧੀਆ ਬਹੁਤ ਪਸੰਦ ਆਇਆ ਉਹ ਕਹਿੰਦੇ ਵੀ ਮੈਂ ਵੀ ਆਪਦਾ ਟਰੈਕਟਰ ਇੱਦਾਂ ਹੀ ਪਾਲੇ ਤੋਂ ਤਿਆਰ ਕਰਾਊਂਗਾ ਅਤੇ ਬਾਕੀ ਸਾਡੇ ਕੋਲ ਹੋਰ ਵੀਰ ਆਏ ਸੀਗੇ ਹੁਣ ਉਹ ਵਾ ਕੇ ਦੇਖ ਰਹੇ ਨੇ ਨਵੇਂ ਖੱਤੇ ਦੇ ਵਿੱਚ ਆਪਾਂ ਉਹ ਵੀ ਦਿਖਾਉਂਦੇ ਹਾਂ ਤੁਹਾਨੂੰ ਅਤੇ ਉਹਨਾਂ ਦਾ ਵੀ ਫੀਡਬੈਕ ਲਵਾਂਗੇ ਵੀ ਉਹਨਾਂ ਨੂੰ ਕਿਵੇਂ ਲੱਗਿਆ ਅਤੇ ਇੱਦਾਂ ਹੀ ਜਾਰੀ ਰਹੋ ਸਾਡੇ ਨਾਲ ਹੈ ਨਾ ਜੁੜੇ ਰਹੋ ਠੀਕ ਜੀ ਸਾਡੇ ਕੋਲ ਵੀਰ ਸ਼ਿੰਦਾ ਜੀ ਆਏ ਸੀ ਸਾਨੂੰ ਵਾਹੁੰਦਿਆਂ ਨੂੰ ਦੇਖ ਕੇ ਅਤੇ ਇਹ ਵੀ ਇਹਨਾਂ ਨੂੰ ਵੀ ਅਸੀਂ ਮੌਕਾ ਦਿੱਤਾ ਵੀ ਤੁਸੀਂ ਵੀ ਟਰੈਕਟਰ ਵਾਹ ਕੇ ਦੇਖੋ ਅਤੇ ਬਾਕੀ ਵੀਰ ਹੋਣਾ ਤੋਂ ਸ਼ਿੰਦੇ ਉਹਨਾਂ ਤੋਂ ਪੁੱਛਦੇ ਹਾਂ ਵੀ ਉਹਨਾਂ ਨੂੰ ਕਿਵੇਂ ਲੱਗਿਆ ਟਰੈਕਟਰ ਹਾਂਜੀ ਵੀਰੇ ਬਾਈ ਜੀ ਟਰੈਕਟਰ ਬਹੁਤ ਵਧੀਆ ਕੰਮ ਹੋਇਆ ਟਰੈਕਟਰ ਦਾ ਅਤੇ ਕਿਵੇਂ ਆਪਾਂ ਨਵਿਆਂ ਦੇ ਪੈਸੇ ਲਾਉਂਦੇ ਹਾਂ ਉਦੋਂ ਪੁਰਾਣੇ ਦਾ ਕੰਮ ਲੈ ਕੇ ਟਰੈਕਟਰ ਤੋਂ ਕੰਮ ਕਰਾਓ ਵਧੀਆ ਸਾਡੀ ਬੱਤੀ ਦਾ ਮੁੰਡਾ ਕਲੇਰ ਬੱਤੀ ਦਾ ਮੁੰਡਾ ਵਾ ਆਪਦਾ ਘਰਾਂ ਦਾ ਅਤੇ ਵਧੀਆ ਟਰੈਕਟਰ ਬਣਾ ਰਿਹਾ ਇਹ ਇੱਕ ਵਾਰੀ ਮੌਕਾ ਜ਼ਰੂਰ ਦਿਓ ਇਹਨੂੰ ਠੀਕ ਹੈ ਜੀ ਟਰੈਕਟਰ ਦੇ ਵਿੱਚ ਕੋਈ ਖਾਮੀ ਤਾਂ ਨਹੀਂ ਲੱਗੀ ਨਹੀਂ ਖਾਮੀ ਕੋਈ ਨਹੀਂ ਲੱਗੀ ਦੂਜੇ ਗੇਅਰ 'ਚ ਵੀ ਵਾਹ ਕੇ ਦੇਖਿਆ ਕੋਈ ਚੱਕਰ ਨਹੀਂ ਵਧੀਆ ਸੁੱਕੀ ਪੈ ਲਈ ਤੁਹਾਡੇ ਸਾਹਮਣੇ ਬਾਹਣ ਦਿਖਾ ਦਿਓ ਵਧੀਆ ਵਾਹਿਆ ਵਾ ਠੀਕ ਹੈ ਜੀ ਠੀਕ ਹੈ ਜੀ ਜਮਾਂ ਹੀ ਦਬਿਆ ਪਹਿਲੇ ਹਾਈ ਦਾ ਇਹਨੇ ਮਰਨਾ ਕੀ ਆ ਪਾਵਰ ਸਟੀਅਰਿੰਗ ਕੀਤਾ ਆਪਾਂ ਬਹੁਤ ਵਧੀਆ ਹੋਏ ਪ੍ਰੈਸ਼ਰ ਸੇਰ ਨੇ ਦਾ ਅਤੇ ਵਧੀਆ ਮੁੜਦਾ ਵਾ ਬ੍ਰੇਕਾਂ ਬੁਰੀਆਂ ਸੈੱਟ ਆ ਜੀ ਕਿਵੇਂ ਹੁਣ ਹਿੱਸਾ ਚੇਂਜ ਕੀਤਾ ਉਹਦਾ ਵੀ ਬਹੁਤ ਵਧੀਆ ਵਾ ਬਾਜ ਬੂਜ ਭੋਰਾ ਨਹੀਂ ਗੀ ਜਮਾਂ ਹੀ ਨਹੀਂ ਭੋਰਾ ਨਹੀਂ ਧੂੰਆਂ ਦਿਖਾਇਆ ਟਰੈਕਟਰ ਵਧੀਆ ਚੱਲਦਾ ਵਾ ਹਾਂਜੀ ਧੰਨਵਾਦ ਵੀਰ ਜੀ ਤੁਹਾਡਾ ਅਤੇ ਧੰਨਵਾਦ ਦਰਸ਼ਕ ਵੀਰਾਂ ਦਾ ਅੱਜ ਤੁਹਾਨੂੰ ਅਸੀਂ ਇਸ ਪਾਰਟ ਦੇ ਵਿੱਚ ਦਿਖਾਇਆ ਵੀ ਟਰੈਕਟਰ ਦੇ ਆਪਾਂ ਜਿਹੜਾ ਹਿੱਸੇ ਦਾ ਕੰਮ ਕੀਤਾ ਅਤੇ ਬ੍ਰੇਕਾਂ ਦਾ ਅਤੇ ਇਦੋਂ ਬਾਅਦ 'ਚੋਂ ਇਹਨੂੰ ਆਪਾਂ ਵਰਕਿੰਗ ਦੇ ਵਿੱਚ ਵਰਕ 'ਤੇ ਉਹ ਲਿਆ ਕੇ ਖੇਤ ਵਿੱਚ ਵਾਹਿਆ ਅਤੇ ਇੱਦਾਂ ਹੀ ਸਾਡੇ ਨਾਲ ਜੁੜੇ ਰਹੋ ਇਦੋਂ ਬਾਅਦ 'ਚੋਂ ਇਹਦੀ ਹੁਣ ਡੈਂਟਿੰਗ ਪੇਂਟਿੰਗ ਦਾ ਕੰਮ ਸਟਾਰਟ ਕਰਨਾ ਆਪਾਂ ਅਤੇ ਇਦੋਂ ਪੂਰਾ ਮੋਡੀਫਾਈ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਪੂਰਾ ਜਿਹੜਾ ਟਰੈਕਟਰ ਤਿਆਰ ਹੋ ਰਿਹਾ ਵੀ ਉਹ ਕਿੱਦਾਂ ਦਾ ਲੱਗੂਗਾ ਧੰਨਵਾਦ ਜੀ